ਨਗਰ ਡੱਲਾ ਬਹੁਤ ਹੀ ਭਾਗਾਂ ਵਾਲਾ ਨਗਰ ਹੈ। ਇਹ ਨਗਰ 72 ਬ੍ਰਹਮ ਗਿਆਨੀਆਂ ਦੀ ਧਰਤੀ 22 ਮੰਜੀਦਾਰ ਗੁਰੂ ਸਾਹਿਬ ਨੇ ਉਸ ਸਮੇਂ ਥਾਪੇ ਸਨ, ਜਿਨ੍ਹਾਂ ਵਿੱਚੋਂ 4 ਮੰਜੀਦਾਰ ਪ੍ਰਚਾਰਕ ਇਸ ਨਗਰ ਦੇ ਸਨ। ਇਸ ਨਗਰ ਵਿੱਚ ਬੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹਨਾਂ ਦਾ ਆਨੰਦ ਕਾਰਜ ਭਾਈ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ 22 ਭਾਦੋ ਸੰਮਤ 1661 ਸੰਨ 1604 ਨੂੰ ਹੋਇਆ। ਉਹ ਆਨੰਦ ਕਾਰਜ ਹੋਣ ਤੋਂ ਬਾਅਦ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬੌਲੀ ਦਾ ਟੱਪ ਆਪਣੇ ਹੱਥੀਂ ਲਾਇਆ ਅਤੇ ਬੌਲੀ ਬਣਾਉਣ ਦੀ ਸੇਵਾ ਭਾਈ ਸ਼ਾਲੋ ਜੀ ਨੂੰ ਸੌਂਪ ਕੇ ਆਪ ਬਰਾਤ ਲੈ ਕੇ ਵਾਪਸ ਅੰਮ੍ਰਿਤਸਰ ਸਾਹਿਬ ਚਲੇ ਗਏ ਸਨ। ਤੀਸਰਾ ਸਥਾਨ ਭਾਈ ਲਾਲੂ ਜੀ, ਇਹ ਸਥਾਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਦਰੋਂ ਘਰੋਂ ਵਰਸਾਏ ਹੋਏ ਧੰਨ ਧੰਨ ਬ੍ਰਹਮ ਗਿਆਨੀ ਭਾਈ ਲਾਲੋ ਜੀ, ਜੋ ਵੈਦ ਸਨ, ਤਈਆ ਤਾਪ ਬੁਖਾਰ ਦਾ ਇਲਾਜ ਕਰਿਆ ਕਰਦੇ ਸਨ, ਤਿਨ੍ਹਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਜੋ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅੱਸੂ ਦੀ ਅਮਾਵਸ ਨੂੰ ਸਮੂਹ ਇਲਾਕਾ ਨਿਵਾਸੀ ਸੰਗਤਾਂ ਸਮੂਹ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਾਲਾਨਾ ਜੋੜ ਮੇਲੇ ਨੂੰ ਮਨਾਉਂਦਿਆਂ ਹੋਇਆਂ ਅੱਜ ਸ਼੍ਰੀ ਅਖੰਡ ਜਾਪ ਸਭਨਾ ਗੁਰਦੁਆਰਿਆਂ ਵਿੱਚ ਆਰੰਭ ਹੋ ਚੁੱਕੇ ਹਨ। ਤਿੰਨਾਂ ਦੇ ਭੋਗ 1 ਤਰੀਕ ਨੂੰ ਠੀਕ 9 ਵਜੇ ਪੈਣਗੇ, ਉਪਰੰਤ 12 ਵਜੇ ਨਗਰ ਕੀਰਤਨ ਪ੍ਰਾਰੰਭ ਹੋਵੇਗਾ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, 5 ਪਿਆਰੇ ਸਹਿਬਾਨ, 5 ਨਿਸ਼ਾਨਚੀ ਸਹਿਬਾਨ, ਸਮੂਹ ਸੰਗਤਾਂ ਵੱਲੋਂ ਬਹੁਤ ਹੀ ਵੱਡੇ ਪੱਧਰ ਤੇ ਨਗਰ ਕੀਰਤਨ ਪ੍ਰਾਰੰਭ ਹੋਵੇਗਾ, ਜੋ ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਵਿਖੇ ਸੰਪੂਰਨ ਹੋਵੇਗਾ। ਉਪਰੰਤ ਦੀਵਾਨ ਪ੍ਰਾਰੰਭ ਹੋਣਗੇ, ਜੋ ਕਿ ਅਗਲੇ ਦਿਨ ਸ਼ਾਮ 5 ਵਜੇ ਤੀਕ ਚੱਲਣਗੇ। ਸੋ ਆਪ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ। ਇਸ ਸਮੁੱਚੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸੰਗਤਾਂ ਦੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ, ਰਿਹਾਇਸ਼ ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੈ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ, ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰੂ ਅਮਰਦਾਸ ਜੀ ਮਹਾਰਾਜ ਜੀ, ਉਹਨਾਂ ਦੇ ਵਰਸਾਏ ਹੋਏ ਭਾਈ ਲਾਲੂ ਜੀ, ਜੋ ਉਹਨਾਂ ਦੇ ਪ੍ਰਚਾਰਕ ਸਨ, ਔਰ ਉਹਨਾਂ ਦਾ ਹਰ ਸਾਲ ਹੀ ਜਿਹੜਾ ਜੋੜ ਮੇਲਾ ਬਹੁਤ ਹੀ ਪਵਿੱਤਰਤਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ। ਔਰ ਜੋੜ ਮੇਲਾ ਜੋ ਅੱਜ
ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜੋੜ ਮੇਲੇ ਨੂੰ ਸਮਰਪਿਤ, ਉਹਦੇ ਸੰਬੰਧ ਵਿੱਚ ਪੂਰੇ ਪ੍ਰਬੰਧ ਜਿਹੜੇ ਆ ਉਹ ਅਸੀਂ ਅੱਜ ਜਾਇਜ਼ਾ ਲਿਆ ਵਾ, ਪੂਰੀ ਅਸੀਂ ਤਿਆਰੀ ਵਿੱਚ ਆ, ਪ੍ਰਬੰਧ ਜਿਹੜੇ ਆ ਪੂਰੇ ਅਸੀਂ ਕਰ ਲਏ ਆ, ਵੱਖ ਵੱਖ ਸਭਾ ਸੁਸਾਇਟੀਆਂ ਵੀ ਸਾਡਾ ਸਹਿਯੋਗ ਕਰ ਰਹੀਆਂ ਇਸ ਜੋੜ ਮੇਲੇ ਦਾ, ਵੱਖ ਵੱਖ ਲੰਗਰ ਥਾਵਾਂ 'ਤੇ, ਹੋਰ ਵੀ ਠੰਡੇ ਮਿੱਠੇ ਦੀ ਜਲ ਦੀ ਛਪੀਲ ਵੀ, ਔਰ ਸਾਰਾ ਹੀ ਤਕਰੀਬਨ ਅਸੀਂ ਮੁਕੰਮਲ ਤਿਆਰੀ ਕਰ ਲਈ ਆ। ਜੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਆ ਸਰਦਾਰ ਗੁਰਪ੍ਰੀਤ ਸਿੰਘ ਜੀ, ਅਕਾਊਂਟੈਂਟ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ, ਇਹ ਸਾਰਿਆਂ ਹੀ ਰਲ ਕੇ ਬੜੇ ਸੁਚੱਜੇ ਢੰਗ ਦੇ ਨਾਲ ਔਰ ਮੇਲੇ ਦੀ ਪੂਰੀ ਤਿਆਰੀ ਕਰ ਲਈ ਆ। ਸਾਡੀ ਅੰਮ੍ਰਿਤਸਰ ਤੋਂ ਇਹ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਹਾਜ਼ਰੀਆਂ ਇੱਥੇ ਡਿਊਟੀਆਂ ਲੱਗ ਗਈਆਂ ਵਾ, ਸੋ ਕਈ ਆ ਵੀ ਗਏ ਨੇ ਇੰਸਪੈਕਟਰ ਸਵਾਨ ਸਾਡੇ, ਕਈ ਹੋਰ ਜਿਹੜੇ ਸਾਡੇ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ ਅੱਜ ਸ਼ਾਮ ਤੱਕ ਪਹੁੰਚ ਜਾਣੇ ਆ, ਔਰ ਪੂਰੀ ਮੁਕੰਮਲ ਤਿਆਰੀ ਆ। ਔਰ ਸੰਗਤਾਂ ਦੇ ਸਹਿਯੋਗ ਨਾਲ, ਇਲਾਕੇ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਬੜੀ ਧੂਮਧਾਮ ਦੇ ਨਾਲ, ਬੜੀ ਸ਼ਰਧਾ ਦੇ ਨਾਲ ਮਨਾਇਆ ਜਾਏਗਾ। ਸੋ ਮੈਂ ਆਪਣੇ ਵੱਲੋਂ ਇਸ ਇਲਾਕੇ ਦਾ SGPC ਮੈਂਬਰ ਹੋਣ ਕਰਕੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁੱਖ ਸੇਵਾਦਾਰ ਆ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਉਹਨਾਂ ਵੱਲੋਂ ਮੈਂ ਸਮੂਹ ਸੰਗਤਾਂ ਨੂੰ ਭਾਈ ਲਾਲੂ ਜੀ ਦੇ ਇਸ ਪਵਿੱਤਰ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਆਪ ਜੀ ਦੇ ਵੀ ਧੰਨਵਾਦ ਕਰਦਾ। ਤਾਂ ਆਪ ਜੀ ਨੇ ਆ ਕੇ ਇਸ ਚੈਨਲ ਰਾਹੀਂ ਸਾਡੇ ਨਾਲ ਜਿਹੜਾ ਸਾਡੇ ਨੂੰ ਹੰਗਾਰਾ ਦਿੱਤਾ ਹੈ, ਸੋ ਤੁਹਾਡਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।